असी की करना है हले बहुत डिटेल विच असी बाद जावांगे, कई डिटेल विच चीजा है जिहड़ी असी दसांगे बाहर, पर मैं 13 चीजा चुनी अज 13 चीजा शुरुआत करन लगे हैं। ते तुसी साडा देख लो जो क्या सी पिछली बार भी क्या सी, उदो पिछली बार भी क्या सी, असी पूरे कीते दी आ जिहड़ियां 13 चीजा है जिहड़ियां शुरुआत कर रहे हैं अज कि परमात्मा केयर करन मेहर करे पर पंजाबियां दा सिर ते हथ होए। जिहड़ी साडी आउण वाली सरकार श्रोमणी अकाली दल BSP दी होगी वह पंजाबियां दी होगी, जिहड़ी गरीब किसान मजदूर शहरी ते पेंडुआं दी दुख तकलीफ दूर करन वाली होगी, जनता दी सरकार होगा, जनता च रहण वाली सरकार होगी, ऐ फार्म हाउसा च रहण वाली सरकार नहीं होगी, झूठ ते लारे लाउण वाली सरकार नहीं होगी। सो जिहड़ी पहली मैं अनाउंसमेंट करना चाहुंदा कि असी जिहड़े तुसी सारे जानदे हो पंजाब विच असी जदों पिंडां च मैं गया पिछली बार याद मैं कीता जो गरीब कोलों गया सी, जिहड़ी गरीब जनता है उन्हां नूं किते किते रोटी खाण वास्ते समस्या आ जांदी सी। असी उदों नीला कार्ड स्कीम शुरू कीती जिहदे राहीं असी 4 रुपये किलो आटा ते 20 रुपये किलो दाल दिंदे हुंदे सी, ओह स्कीम अज तक भी चल रही है। ਉਸ ਸਕੀਮ ਵਿੱਚ ਤੇ ਮੈਂ ਇਹਨਾਂ ਕਹਿਣਾ ਚਾਹੁੰਦਾ ਉਹਦੇ ਇੱਕ ਵਾਅਦਾ ਕਰਨਾ ਮੈਂ ਚਾਹੁੰਦਾ ਜਿਹੜੇ ਨੀਲੇ ਕਾਰਡ ਹੋਲਡਰ ਹੈ ਪਰਿਵਾਰ ਹੈ, ਸਭ ਤੋਂ ਪਹਿਲੇ ਕਾਂਗਰਸ ਪਾਰਟੀ ਨੇ ਆ ਕੇ ਜਿੰਨੇ ਵੀ ਕਈ ਸਾਡੇ ਵਰਕਰ ਸੀ ਗਰੀਬ ਸੀ ਉਹਨਾਂ ਦੇ ਕਾਰਡ ਹੀ ਕੱਟਤੇ ਗਈਆਂ ਤਾਂ ਅਕਾਲੀ ਦਲ ਨਾਲ ਸੰਬੰਧ, ਜਦੋਂ ਅਸੀਂ ਕਾਰਡ ਬਣਾਏ ਸੀ ਅਸੀਂ ਕਿਤੇ ਨਹੀਂ ਦੇਖਿਆ ਸੀ ਅਕਾਲੀ ਦਲ ਦਾ ਕਾਮਨਿਸਟ ਹੈ ਕਿਤੇ, ਅਸੀਂ ਸਾਰਿਆਂ ਦੇ ਬਣਾਏ ਸੀ। पर कांग्रेस की सोच रही है कि पार्टी धड़े की सोच रही है ताइयों पंजाब का नुकसान होंगे। नीले कार्ड जिहड़े परिवार है असी हुण वादा करते हैं क्योंकि जिहड़ियां माता है घर चलाउंदियां, मैं जो पिंडां च गया बहुत मैं लेडीज उन्हां वेड़ियां च गया बैठा उन्हां नाल उन्हां दी गल्लां समझिया उन्हां दे विचार सुने ते जदों देखिया ते मैनूं उन्हां ने गल कीती कि सानूं ਕਿਤੇ ਕਿਤੇ ਸਾਡੇ ਕੋਲ ਪੈਸਾ ਹੀ ਨਹੀਂ ਹੁੰਦਾ ਆਪਣੇ ਬੱਚੇ ਨੂੰ ਫੀਸ ਦੇਣ ਵਾਸਤੇ, ਸਾਡੇ ਕੋਲ ਪੈਸਾ ਹੀ ਨਹੀਂ ਹੁੰਦਾ ਦੁੱਧ ਲੈਣ ਵਾਸਤੇ, ਕਿਤੇ ਕਿਤੇ ਮਾਤਾ ਕਹਿੰਦੀ ਸਾਨੂੰ ਕੋਈ, ਕਿਉਂਕਿ ਘਰ ਕੌਣ ਚਲਾਉਂਦਾ ਹੈ, ਘਰ ਘਰ ਦੀ ਮਾਤਾ ਘਰ ਦੀ ਲੇਡੀ ਚਲਾਉਂਦੀ ਹੈ, ਉਹ ਬੱਚਿਆਂ ਨੂੰ ਵੀ ਦੁੱਖ ਸਾਰੀਆਂ ਤਕਲੀਫਾਂ ਉਹਨਾਂ ਬੱਚਿਆਂ ਦੀ ਵੀ ਹੱਲ ਕਰਦੀ ਹੈ, ਪਰਿਵਾਰ ਨੂੰ ਕੋਈ ਚੀਜ਼ ਦੀ ਲੋੜ ਹੋਏ ਸੈਂਟਰ ਘਰ ਦੀ ਲੇਡੀ ਹੈ। ਇਸ ਕਰਕੇ ਅਸੀਂ ਇੱਕ ਸਕੀਮ ਲੈ ਕੇ ਆਵਾਂਗੇ माता खीवी जी रसोई सेवा स्कीम जिदे विच जिहड़ी नीले कार्ड जिहड़े अपने परिवार है उन्हां दी जिहड़ी घर दी लेडी है माता है उन्हूं हर महीने का 2000 रुपया पंजाब सरकार तो उन्हां दे खाते जाऊगा, साल का 24000 रुपया उन्हां दे खाते दिता जाऊगा कि वह अपने औखी घड़ी च उस अपनी चीज वरत सके ते उहदे नाल अपने परिवार ਦੀ ਕੋਈ ਜੋ ਮੁਸ਼ਕਲ ਹੈ ਉਹ ਹੱਲ ਕਰ ਸਕੇ। ਆਹ ਪਹਿਲੀ ਸਕੀਮ ਸਾਡੀ ਆਹ ਹੈ ਜਿਹੜੀ ਅਸੀਂ ਅਨਾਊਂਸ ਕਰਨ ਲੱਗੇ ਹਾਂ। ਦੂਜੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੇ ਦੋਨਾਂ ਨੇ ਕੋਵਿਡ ਦਾ ਫਾਇਦਾ ਵੀ ਲਿੱਤਾ, ਆਹ ਜਿਹੜੇ ਰੇਟ ਪੈਟਰੋਲ ਦੇ ਘੱਟ ਗਏ ਸੀ ਇੰਟਰਨੈਸ਼ਨਲ ਲੈਵਲ ਉਹਦਾ ਫਾਇਦਾ ਲਿੱਤਾ, ਪਰ ਟੈਕਸ ਨਹੀਂ ਘਟਾਇਆ। ਅੱਜ ਕਿਸਾਨੀ ਸੰਕਟ 'ਚ ਆ ਗਈ ਹੈ, ਕਿਸਾਨ ਸੰਘਰਸ਼ ਕਰ ਰਹੇ ਹੈ, ਡੀਜ਼ਲ ਦਾ ਰੇਟ ਜਿਹੜੇ 50 ਰੁਪਏ ਹੁੰਦਾ ਸੀ 40 ਰੁਪਏ ਹੁੰਦਾ ਸੀ 100 ਦੇ ਨੇੜੇ ਚਲੇ ਗਿਆ। ਅਸੀਂ ਸੈਂਟਰ ਸਰਕਾਰ ਨੂੰ ਲਗਾਤਾਰ ਬੇਨਤੀ ਕਰਦੇ ਰਹੇ ਸੈਂਟਰ ਸਰਕਾਰ ਨੂੰ ਕਿ ਆਪਣਾ ਟੈਕਸ ਘਟਾ ਲਓ ਵੈਟ ਘਟਾ ਲਓ, ਪਰ ਨਹੀਂ ਕੀਤਾ ਸੀ। ਪੰਜਾਬ ਸਰਕਾਰ ਜਿਹੜਾ ਅੱਜ ਡੀਜ਼ਲ ਦੇ ਪੈਟਰੋਲ ਤੇ ਮੈਨੂੰ ਲੱਗਦਾ 50 ਰੁਪਏ ਜੇ 100 ਰੁਪਏ ਦਾ ਪੈਟਰੋਲ ਤੇ ਡੀਜ਼ਲ ਹੈ 50-55 ਰੁਪਏ ਤੇ ਇਕੱਲਾ ਟੈਕਸ ਹੈ, 50-55 ਰੁਪਏ ਤੋਂ ਅੱਧਾ ਸੈਂਟਰ ਤੋਂ ਬਾਅਦ ਸੈਂਟਰ ਲੈਂਦੀ ਹੈ ਬਾਕੀ ਸਟੇਟ ਲਾਉਂਦੀ ਹੈ। ਤੇ ਅਸੀਂ ਫੈਸਲਾ ਕੀਤਾ ਪਾਰਟੀ ਦੇ ਦੋਨੋਂ ਸ਼੍ਰੋਮਣੀ ਅਕਾਲੀ ਦਲ BSP ਦੀ ਮੀਟਿੰਗ 'ਚ ਫੈਸਲਾ ਕੀਤਾ ਹੈ ਕਿ ਕਿਸਾਨੀ ਨੂੰ ਬਚਾਉਣ ਵਾਸਤੇ ਜਿਹੜਾ ਵੈਟ ਹੈ ਖੇਤੀ ਵਾਸਤੇ ਟਰੈਕਟਰ ਵਾਸਤੇ ਡੀਜ਼ਲ ਵਾਸਤੇ 10 ਰੁਪਏ ਪਰ ਲੀਟਰ
ਅਸੀਂ ਸਸਤਾ ਕਰਾਂਗੇ 10 ਰੁਪਏ ਲੀਟਰ ਟਰੈਕਟਰ ਵਾਸਤੇ ਤੇ ਖੇਤੀ ਵਾਸਤੇ ਜਿਹੜਾ ਹੋਊਗਾ ਉਹਦਾ ਸਿਸਟਮ ਕਿਵੇਂ ਬਣਨਾ ਉਹ ਅਸੀਂ ਬਣਾ ਕੇ ਉਹਦੇ ਬਾਅਦ ਐਲਾਨ ਕਰਾਂਗੇ। ਤੀਜੀ ਗੱਲ ਜਿਹੜੀ ਬਿਜਲੀ ਹੈ, ਬਿਜਲੀ ਦੇ ਰੇਟ ਬਹੁਤ ਵੱਧ ਗਏ ਹੈ। ਵੱਡੀ ਕਾਰਨ ਬਿਜਲੀ ਦੀ ਹੈ। ਬਿਜਲੀ ਬੋਰਡ ਤੁਸੀਂ ਜਾਣਦੇ ਹੋਵੋਗੇ ਜਦੋਂ ਸਾਡੀ ਸਰਕਾਰ ਸੀ ਉਦੋਂ ਜਿਹੜੇ ਆ ਜਿਹੜੇ ਆਪਣੇ ਲੋਸਿਸ ਸੀ 35% ਜਦੋਂ 2007 ਚ ਅਸੀਂ ਸਰਕਾਰੀ 35% ਸੀ 14% ਤੇ ਲੈ ਕੇ ਆਏ। ਅਸੀਂ ਐਫੀਸ਼ੀਐਂਸੀ ਵਧਾਈ, ਅਸੀਂ ਬਿਜਲੀ ਮਹਿਕਮੇ ਚ ਐਫੀਸ਼ੀਐਂਸੀ ਵਧਾਈ, ਪ੍ਰੋਫਿਟ ਚ ਲੈ ਕੇ ਆਏ। ਤੇ ਤੁਹਾਨੂੰ ਯਾਦ ਹੋਣਾ ਪੰਜਾਬ ਦੇ ਬਿਜਲੀ ਬੋਰਡ ਨੂੰ ਹਿੰਦੁਸਤਾਨ ਦਾ ਨੰਬਰ 1 ਬਿਜਲੀ ਬੋਰਡ ਡਿਕਲੇਅਰ ਕਰ ਦਿੱਤਾ ਸੀ। ਉਦੋਂ ਅਸੀਂ ਪ੍ਰੋਡਕਸ਼ਨ ਵੀ ਇਨਕਰੀਜ਼ ਕੀਤੀ ਤੇ ਅਸੀਂ ਡਿਸਟ੍ਰੀਬਿਊਸ਼ਨ ਨੈਟਵਰਕ ਵੀ ਕੀਤਾ। ਉਹਦੇ ਕਰਕੇ ਅਸੀਂ ਲੋਸਿਸ ਤੇ ਸਾਰੀ ਮੈਨੇਜਮੈਂਟ ਨਾਲ ਬਹੁਤ ਵੱਡੀ ਸੇਵਿੰਗ ਕਰਕੇ ਇੰਪਰੂਵਮੈਂਟ ਕੀਤੀ, ਪਰ ਪਿਛਲੇ 4 ਸਾਲਾਂ 'ਚ ਉਹ ਸਾਰਾ ਕੰਮ ਡਾਊਨ ਹੋ ਗਿਆ। ਸੋ ਅੱਜ ਅਸੀਂ ਮੈਂ ਐਲਾਨ ਕਰਦਾ ਪਿਛਲੀ ਵਾਰ ਅਸੀਂ 200 ਯੂਨਿਟ ਅਸੀਂ SC ਤੇ BC ਨੂੰ ਮੁਫਤ ਦਿੰਦੇ ਹੁੰਦੇ ਸੀ ਤੇ ਅਸੀਂ ਦਿੱਤੇ ਹੈ। ਐਤੀ ਅਸੀਂ ਸਾਰੇ ਪੰਜਾਬੀਆਂ ਵਾਸਤੇ, ਜਿਵੇਂ ਮੈਂ ਕਿਹਾ ਸੀ ਅੱਧੇ ਰੇਟ ਕਰੂੰਗਾ, ਮੈਂ ਹੁਣ ਅਨਾਊਂਸ ਕਰ ਰਿਹਾ 400 ਯੂਨਿਟ ਸਾਡੇ ਸਾਰਿਆਂ ਵਾਸਤੇ ਫ੍ਰੀ ਹੋਣਗੇ। ਪਹਿਲੇ 400 ਯੂਨਿਟ ਤੇ ਆਮ ਆਦਮੀ ਪਾਰਟੀ ਨੂੰ ਨਹੀਂ ਕਿ 1 ਯੂਨਿਟ ਵੱਧ ਗਿਆ ਤੇ ਸਾਰੇ 400 ਦੇ ਹੋਣਗੇ। ਅਸੀਂ ਜੋ ਕਿਹਾ 400 ਯੂਨਿਟ ਫ੍ਰੀ ਹੋਣਗੇ ਤੇ ਨਾਲੇ ਜਿਹੜੇ ਵਿਚਾਰੇ ਗਰੀਬ ਹੈ, ਮੈਂ ਪਿੰਡਾਂ 'ਚ ਗਿਆ, ਜਿਨ੍ਹਾਂ ਦੇ ਮੀਟਰੀ ਪੱਟੇ ਗਏ, ਨੀਲੇ ਕਾਰਡ ਹੋਲਡਰ ਹੈ, ਉਹਨਾਂ ਨੂੰ 1 ਟਾਈਮ ਅਸੀਂ ਸਾਰੀ ਮਾਫੀ ਦੇ ਕੇ ਉਹਨਾਂ ਦੀ ਫਿਰ ਤੋਂ ਕਨੈਕਸ਼ਨ ਰਿਸਟੋਰ ਕਰਕੇ ਤੇ ਅਸੀਂ ਉਹਨਾਂ ਨੂੰ ਫਿਰ ਤੋਂ ਪਾਵਰ ਉਹਨਾਂ ਦੇ ਘਰਾਂ 'ਚ ਫਿਰ ਤੋਂ ਪਹੁੰਚਾਵਾਂਗੇ, ਜਿਨ੍ਹਾਂ ਦੇ ਘਰਾਂ 'ਚ ਅੱਜ ਪਾਵਰ ਬੰਦ ਹੈ। ਸਾਰੇ ਉਹਨਾਂ ਦੇ ਡਿਊਜ਼ 1 ਟਾਈਮ ਅਸੀਂ ਵੇਵ ਆਫ ਕਰਕੇ ਤੇ ਪਾਵਰ ਕਨੈਕਸ਼ਨ ਜਿਹੜੇ ਨੀਲੇ ਕਾਰਡ ਹੋਲਡਰਾਂ ਦੇ ਜਿਨ੍ਹਾਂ ਹੈਗੇ। ਚੌਥੀ ਗੱਲ, ਆ ਕੋਵਿਡ ਦੀ ਬਿਮਾਰੀ ਨੇ ਪੰਜਾਬ ਦੀ ਨਾਕਾਮੀ ਤੇ ਸਰਕਾਰ ਦੀ ਨਾਕਾਮੀ ਸਾਹਮਣੇ ਲਿਆਂਦੀ, ਦੇਸ਼ ਦੀ ਨਾਕਾਮੀ ਵੀ। ਮੈਂ ਅੱਜ ਸਾਰੇ ਪੰਜਾਬੀਆਂ ਨੂੰ ਦੋ ਗੱਲਾਂ ਮੇਰੀ ਪ੍ਰਾਇਰਟੀ, ਪਰਮਾਤਮਾ ਮਿਹਰ ਕਰੇ ਤੁਸੀਂ ਸਾਨੂੰ ਮੌਕਾ ਦਿਓ, ਤੁਹਾਡੀ ਆਉਣ ਵਾਲੀ ਸਰਕਾਰ ਦੀਆਂ 2 ਮੇਨ ਪ੍ਰਾਇਰਟੀਜ਼ ਹੋਣੀਆਂ। ਜਿਵੇਂ ਪਿਛਲੀ ਵਾਰ ਅਸੀਂ ਪਾਵਰ ਤੇ ਰੋਡ ਨੈਟਵਰਕ ਤੇ ਦੂਜੇ ਤੇ ਜ਼ੋਰ ਲਾਇਆ ਸੀ, ਐਤੀ ਐਜੂਕੇਸ਼ਨ ਤੇ ਹੈਲਥ ਮੇਰਾ ਟੌਪ ਪ੍ਰਾਇਰਟੀ ਰਹਿਣਾ, ਐਜੂਕੇਸ਼ਨ ਤੇ ਹੈਲਥ। ਸੋ ਉਹਨੂੰ ਦੇਖਦੇ ਹੋਏ ਅਸੀਂ ਪਿਛਲੀ ਵਾਰ ਅਸੀਂ ਕਿਸਾਨ ਦਾ ਵੀ ਹੈਲਥ ਕਾਰਡ ਬਣਾਇਆ ਸੀ, ਵਪਾਰੀ ਦਾ ਹੀ ਬਣਾਇਆ ਸੀ, ਪਰ ਮੈਂ ਦੇਖਿਆ ਕੋਵਿਡ ਦੀ ਲੜਾਈ ਦੇ ਵਿੱਚ ਬਹੁਤ ਜਾਨਾਂ ਗਈਆਂ। ਪ੍ਰਾਈਵੇਟ ਹਸਪਤਾਲਾਂ 'ਚ ਲੋਕ ਇੰਨਾ ਹੀ ਰੇਟ ਕਰਦੇ ਸੀ ਕਿ ਵਿਚਾਰੇ ਇਲਾਜ ਨਹੀਂ ਕਰਾ ਸਕਦੇ ਸੀ, ਇਲਾਜ ਨਾ ਕਰਾਉਣ ਕਰਕੇ ਬਹੁਤ ਆਪਣਾ ਨੁਕਸਾਨ ਹੋਇਆ, ਜਾਨਾਂ ਗਈਆਂ। ਤੋ ਅਸੀਂ ਪੰਜਾਬੀਆਂ ਵਾਸਤੇ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਸਕੀਮ ਲੈ ਕੇ ਆਵਾਂਗੇ, ਜਿਹੜਾ ਮੈਡੀਕਲ ਇੰਸ਼ੋਰੈਂਸ ਸਾਰਿਆਂ ਦਾ 10 ਲੱਖ ਤੱਕ ਹੋਊਗਾ। ਉਹਦੇ ਵਿੱਚ ਡਾਇਗਨੋਸਿਸ ਤੇ ਜਿਹੜਾ ਹੈਗਾ ਮੈਡੀਸਨ ਤੇ ਟੈਸਟ ਤੇ ਓਪਰੇਸ਼ਨ ਜੋ ਵੀ ਹੈ, ਤੇ ਜੇ ਹੋਸਪਿਟਲ ਦੀ ਹੋਸਪਿਟਲਾਈਜੇਸ਼ਨ ਹੋਊਗੀ ਸਾਰਾ 10 ਲੱਖ ਰੁਪਏ ਤੱਕ ਉਹ ਮੈਡੀਕਲ ਇੰਸ਼ੋਰੈਂਸ ਕਰਾ ਕੇ ਉਹਨਾਂ ਨੂੰ ਅਸੀਂ ਕਰਕੇ ਦੇਵਾਂਗੇ। ਜਿਹੜੀ ਸਾਡੀ, ਮੈਨੂੰ ਪੂਰੀ ਉਮੀਦ ਹੈ ਕਿ ਕਿਸੇ ਗਰੀਬ ਨੂੰ ਕਿਸੇ ਮੈਡੀਸਨ ਬਗੈਰ, ਹਸਪਤਾਲ ਜਾਣ ਬਗੈਰ ਕੋਈ ਉਹਦਾ ਨੁਕਸਾਨ ਨਾ ਹੋਏ। ਮੈਂ ਗਰੰਟੀ ਦਿੰਦਾ ਸਾਡੇ ਆਉਣ ਰਾਜ ਕਿਸੇ ਗਰੀਬ ਨੂੰ ਐਨੀ ਕਮੀ ਮਹਿਸੂਸ ਹੋਊਗੀ ਕਿ ਮੈਂ ਹੁਣ ਹਸਪਤਾਲ ਨਹੀਂ ਜਾ ਸਕਦਾ, ਆਹ ਮੈਂ ਸ਼ੋਰ 10 ਲੱਖ ਰੁਪਏ ਤੱਕ ਸਾਡੀ ਇੰਸ਼ੋਰੈਂਸ ਹਰ ਫੈਮਿਲੀ ਮੈਡੀਕਲ ਇੰਸ਼ੋਰੈਂਸ। ਪੰਜਵੀਂ ਚੀਜ਼ ਜਿਹੜੀ, ਆਪਣੇ ਬੱਚੇ, ਪਹਿਲੀ ਗੱਲ ਮੈਂ ਪੰਜਵੀਂ 'ਚ ਜਿਵੇਂ ਮੈਂ ਕਿਹਾ ਐਜੂਕੇਸ਼ਨ ਮੇਰੀ ਪ੍ਰਾਇਰਟੀ ਹੈ। ਜਿਹੜੀ SC ਸਕਾਲਰਸ਼ਿਪ ਹੈ ਉਹ ਸਕੀਮ ਨੂੰ ਫੁੱਲ ਫਲੈਜ ਵਾਪਸ ਰਿਵਾਈਵ ਕੀਤਾ ਜਾਊਗਾ। SC ਸਕਾਲਰਸ਼ਿਪ, ਕੋਈ ਵੀ SC ਬੱਚੇ ਬਗੈਰ ਪੜ੍ਹਾਈ ਤੋਂ ਪੈਸੇ ਦੇ ਕਰਕੇ, ਮੈਂ ਗਰੰਟੀ ਦਿੰਦਾ ਉਹ ਵਿਚਾਰਾ ਹੁਣ ਉਹਨੂੰ ਕਿਤੇ ਤਕਲੀਫ ਜਾਣ ਦੀ ਲੋੜ ਨਹੀਂ। ਸਰਕਾਰ ਇਨਸ਼ੋਰ ਕਰੂਗੀ ਕਿ ਸਾਰੇ SC ਬੱਚਿਆਂ ਨੂੰ SC ਸਕਾਲਰਸ਼ਿਪ ਰਾਹੀਂ ਸਾਰੇ ਕਾਲਜਾਂ 'ਚ ਐਡਮਿਸ਼ਨ ਦਿੱਤੀ ਜਾਏ ਤੇ ਪੜ੍ਹਾਈ ਕੀਤੀ ਜਾਏ। ਦੂਜੀ ਗੱਲ ਇੱਕ ਹੋਰ ਹੈ, ਬਹੁਤ ਬੱਚੇ ਹੈ, ਅੱਜ ਹੋ ਕੀ ਰਿਹਾ ਪੰਜਾਬ 'ਚ,
बहुत बच्चे है जे डॉक्टर बनना चाहते हैं जिहड़ा आपां बाहर किते कोई चंगी यूनिवर्सिटी दिल्ली है उत्थे जाना चाहते हैं जां कोई बच्चे कैनेडा विच पढ़ना चाहते हैं हो की रहा अपने बच्चे आयल्स जिहड़े आयलट्स दे एग्जाम है 10,000 रुपया महीना ले रहे हैं कोई मैं बहुत बच्चे मैनू मिलते हैं उन्होंने को बेचारे को पैसा नहीं आईलेट करने वास्ते उसके बाद बाहर जाने वास्ते कर की रहे बाद वो सारे लोग अपनी कोई जमीन बेचता है कोई अपना घर बेचता है अपने परिवार अपने बच्चों बाहर पढ़ाने वास्ते इतने हिंदुस्तान कि कोने जाने वास्ते डॉक्टर बनाने वास्ते सो मैं अपने पंजाबियों मैं दसना चाहना मैं सारे बच्चों मेरे पंजाब विच कोई भी पंजाबी नूं कोई घर वेचण दी लोड़ नहीं पैनी कोई जमीन वेचण दी लोड़ नहीं पैनी असी स्टूडेंट कार्ड स्कीम लेके आ रहे हैं जिहदे विच 10,00,000 रुपए का वो स्टूडेंट कार्ड होगा वो लोन होगा जिहदी गरंटी लोन दी पंजाब सरकार चक्केगी उस नूं इंसान नूं अपनी गरंटी देने की लोड़ नहीं पंजाब सरकार चक्केगी इंटरेस्ट पंजाब सरकार पे करेगी जो 3 साल बाद पढ़ाई खत्म होगी तो जॉब मिल गई वो अगे 10 साल कल्ला प्रिंसिपल उन्हें वापस करना है कोई किसी नूं अपनी जमीन वेचण की लोड़ नहीं भावें वह इंटरनेशनल पढ़ना चाहे डोमेस्टिक पढ़ना चाहे भावें कोई इंजीनियरिंग कॉलेज जाना चाहे या कोई अपने IIM IIT जाना पाए या कोई हॉस्पिटल डॉक्टर बनना चाहे ਸਾਰਿਆਂ ਨੂੰ ਵਾਸਤੇ ਇੱਕ ਸਟੂਡੈਂਟ ਕਾਰਡ ਜਿਹਦੀ ਗਾਰੰਟੀ ਸਟੇਟ ਗਵਰਨਮੈਂਟ ਦੀ ਇੰਟਰਸਟ ਸਟੇਟ ਗਵਰਨਮੈਂਟ ਜਦੋਂ ਪੜ੍ਹਾ ਕੇ ਜੋਬ ਲੱਗ ਗਿਆ ਉਹ ਪੇਮੈਂਟ ਉਹਨੂੰ ਉਹਦੇ ਬਾਅਦ ਉਹ ਇੰਸਟਾਲਮੈਂਟ ਉਹ ਕਰ ਦੂਗਾ ਆ ਇੱਕ ਸਟੂਡੈਂਟ ਕਾਰਡ ਆ ਸਾਡੀ ਸਕੀਮ ਜਿਹੜੀ ਅਸੀਂ ਲੈ ਕੇ ਆ ਰਹੇ ਹਾਂ ਸਟੂਡੈਂਟਸ ਵਾਸਤੇ ਸਾਰੇ ਕੈਟੇਗਰੀ ਨਹੀਂ ਆ ਤਾਂ ਐਜ਼ ਅ ਸਟੂਡੈਂਟ ਵੀ ਵਾਂਟ ਟੂ ਇਨਕਰੇਜ ਬਟ ਵੀ ਹੈਵ ਟਾਕ ਟੂ ਦ ਬੈਂਕਸ ਅੱਜ ਬੈਂਕਸ ਨੂੰ ਅਸੀਂ ਟਾਈਪ ਕਰਕੇ ਇੱਕ ਮੈਂ ਪਹਿਲੇ ਵੀ ਅਨਾਊਂਸ ਕੀਤਾ ਸੀ ਮੈਂ ਫਿਰ ਤੋਂ ਰਿਪੀਟ ਕਰਨਾ ਚਾਹੁੰਦਾ ਫਰੂਟਸ ਐਂਡ ਵੈਜੀਟੇਬਲ ਸਬਜ਼ੀਆਂ ਫਰੂਟ ਤੇ ਦੁੱਧ ਤੁਹਾਡੀ ਸਰਕਾਰ ਆਨ ਸਰਕਾਰ MSP ਡਿਕਲੇਅਰ ਕਰਿਆ ਕਰੂਗੀ ਜਿਹੜਾ ਉੱਥੇ ਕਮੀ ਹੋਊਗੀ ਉਹਨੇ ਅਮਾਊਂਟ ਦੀ ਜੇ ਕਿਤੇ ਕਮੀ ਹੋਈ ਉਹਨਾਂ ਡਿਫਰੈਂਸ਼ੀਅਲ ਉਸ ਫਸਲ ਦਾ ਤੁਹਾਨੂੰ ਸਟੇਟ ਗਵਰਨਮੈਂਟ ਗਾਰੰਟੀ ਕਰੂਗੀ ਆ ਸਾਡੀ 7ਵੀਂ 6ਵੀਂ ਲੈਜਿਸਲੇ ਜਿਹੜੀ ਮੇਨ ਮੈਂ ਅਨਾਊਂਸਮੈਂਟ ਹੈ ਇੱਕ ਗੱਲ ਮੈਂ ਸਾਰੇ ਪੰਜਾਬੀ ਨੂੰ ਦੱਸਣਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ BSP ਦੀ ਸਰਕਾਰ ਦੇ ਦੌਰਾਨ ਵਿੱਚ ਸੈਂਟਰਲ ਲਾਅ ਜਿਹੜੇ ਕਾਲੀ ਕਾਨੂੰਨ ਹੈ ਬਿਲਕੁਲ ਲਾਗੂ ਨਹੀਂ ਹੋਣਗੇ जिहड़े कैप्टन सरकार ने एक्ट बनाए है हले तक कैप्टन सरकार ने रद्द नहीं किए साडी सरकार आउण ते पहली कैबिनेट विच लिया के रद्द करके असैंबली विच एक्ट नूं बिल्कुल रद्द किया जाऊगा कैप्टन साहब ने कल्ला ड्रामा किया सोध करन दा आम आदमी पार्टी की भी केजरीवाल सरकार ने तुसीं जाके दिल्ली देखो सब तो पहले सेंटर दे कानून एग्रीकल्चर खेती काले कानून जे सब तो पहले किसी भी हिंदुस्तान के सूबे ने नोटिफाई किए हैं वो आम आदमी पार्टी की दिल्ली सरकार ने किए हैं तो कल ही हम ड्रामा करते हैं अभी विड्रॉ करा उन्हें पूछो पहले नोटिफाई तुसी क्यों किए नौजवानों वास्ते मैं एक गल दसना चाहना पिछले 10 साल जो साड़ी सरकार सी तकरीबन असी 232,000 सरकारी नौकरियां दित्तियां सी मैं अज कमिटमेंट करदा साडे आने वाली सरकार च 5 साल के अंदर 1,00,000 सरकारी नौकरी असी 100% देवांगे 1,00,000 ते मेरी साडी सरकार दी वड्डी प्रायोरिटी इंडस्ट्रियलाइजेशन है वड्डी प्रायोरिटी पंजाब नूं IT हब बनाउणा है वड्डी साड़ी प्रायोरिटी टेक्सटाइल हब बनाना है असी बड़े फोकस तरीके ना अपनी इंडस्ट्रियल पॉलिसी मैं थोड़ी दिन अनाउंस करूंगा जिदे नाल केड़े केड़े सैक्टर साड़े इंडस्ट्री दे प्रायोरिटी है
ਉਹਨੂੰ ਕਿਵੇਂ ਲੈ ਕੇ ਆਉਣਾ ਅਸੀਂ ਆਪਣੀ ਵਿਜ਼ਨ ਡਾਕੂਮੈਂਟ ਦੇਵਾਂਗੇ ਤੇ ਮੈਨੂੰ ਪੂਰਾ ਯਕੀਨ ਹੈ ਟਾਰਗੇਟ ਰੱਖਿਆ ਸਾਡਾ ਮੈਂ ਝੂਠ ਬੋਲਣ ਵਾਲਾ ਨਹੀਂ ਜਿਵੇਂ ਕੈਪਟਨ 20 ਲੱਖ ਦੇ ਤੇ 30 ਲੱਖ ਦੇ ਤੇ 1 ਲੱਖ ਰੁਪਇਆ ਸਰਕਾਰੀ ਤੇ ਸਾਡਾ ਟਾਰਗੇਟ ਹੋਊਗਾ 5 ਸਾਲਾਂ 10 ਲੱਖ ਰੁਪਇਆ ਪ੍ਰਾਈਵੇਟ ਸੈਕਟਰ ਵਿੱਚ ਇੰਡਸਟਰੀਲਾਈਜੇਸ਼ਨ ਕਰਾ ਕੇ ਆ ਗਰੋਥ ਸਾਡੀ ਜੋਬ ਅਸੀਂ ਕ੍ਰੀਏਟ ਕਰੀਏ ਆ ਮੇਰੀ ਸਾਡੀ ਸਰਕਾਰ ਦੀ ਉਹਨੇ ਸਰਕਾਰ ਦੀ ਆ ਸਾਡਾ ਵਾਅਦਾ ਹੈ। ਅੱਠਵੀਂ ਚੀਜ਼ ਜਿਹੜਾ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਕੋਵਿਡ ਬਿਮਾਰੀ ਨੇ ਆਪਣਾ ਸਿਖਾ ਦਿੱਤਾ ਕਿ ਜਦੋਂ ਲੋੜ ਪਈ ਪ੍ਰਾਈਵੇਟ ਹਸਪੀਟਲ ਪਹਿਲੇ ਜਦੋਂ ਕੋਵਿਡ ਆਇਆ ਤਾਂ ਪ੍ਰਾਈਵੇਟ ਹਸਪੀਟਲਾਂ ਦੇ ਬੰਦ ਹੀ ਕਰਦੇ ਸੀ ਇਕੱਲੇ ਸਰਕਾਰੀ ਹਸਪਤਾਲ ਸੀ ਜਿੱਥੇ ਕੋਵਿਡ ਦੇ ਆਪਣੇ ਡਾਕਟਰ ਲੜਾਈ ਲੜ ਰਹੇ ਸੀ ਪਰ ਜਦੋਂ ਜ਼ਿਆਦਾ ਬਿਮਾਰੀ ਫੈਲੀ ਤਾਂ ਸਰਕਾਰੀ ਹਸਪਤਾਲ ਦਾ ਵੀ ਬੁਰਾ ਹਾਲ ਕਿਉਂਕਿ ਨਾ ਆਕਸੀਜਨ ਸੀ ਨਾ ਕੋਈ ਫੈਸਿਲਿਟੀ ਸੀ ਤੇ ਆਹੀ ਕਾਰਨ ਹੈ ਹਿੰਦੁਸਤਾਨ ਵਿੱਚ ਜੇ ਸਭ ਤੋਂ ਵੱਧ ਮੌਤਾਂ ਹੋਈਆਂ ਰੇਸ਼ੋ ਦੇ ਹਿਸਾਬ ਨਾਲ ਸਾਰੇ ਸਟੇਟਾਂ 'ਚ ਪੰਜਾਬ 'ਚ ਹੈ। ਮੇਰਾ ਵਾਅਦਾ ਹੈ ਸਾਰਿਆਂ ਨਾਲ ਪੰਜਾਬੀਆਂ ਨਾਲ ਹਰ ਡਿਸਟ੍ਰਿਕਟ ਦੇ ਵਿੱਚ ਜਿਵੇਂ ਤੁਸੀਂ ਮੈਂ ਸੜਕਾਂ ਦਾ ਕਿਹਾ ਸੀ ਸਾਰਾ ਕੀਤਾ ਹਰ ਡਿਸਟ੍ਰਿਕਟ ਵਿੱਚ 500 ਬੈੱਡ ਦਾ ਮੈਡੀਕਲ ਕਾਲਜ ਬਣਾਇਆ ਜਾਊਗਾ। ਮੈਡੀਕਲ ਕਾਲਜ ਦਾ ਮਤਲਬ ਹੈ ਜਿਹੜਾ ਇਲਾਜ ਹੁੰਦਾ ਮੈਡੀਕਲ ਕਾਲਜ 'ਚ ਉਹ ਬੜਾ ਫ੍ਰੀ ਵਾਂਗੂ ਹੁੰਦਾ ਹੈ ਜਾਂ ਬੜਾ ਗਵਰਨਮੈਂਟ ਕੰਟਰੋਲ ਹੁੰਦਾ ਹੈ। ਮੈਡੀਕਲ ਕਾਲਜ 500 ਬੈੱਡ ਦਾ ਕਰਾਇਆ ਜਾਊਗਾ ਤੇ ਮੈਂ ਇੱਕ ਆਹ ਵੀ ਵਾਅਦਾ ਕਰਦਾ ਸੀ ਐਕਟ ਲੈ ਕੇ ਆਵਾਂਗੇ ਆਪਣੇ ਪੰਜਾਬ ਦੇ ਨੌਜਵਾਨਾਂ ਵਾਸਤੇ। ਜਿੰਨੇ ਵੀ ਮੈਡੀਕਲ ਕਾਲਜ ਹੈ ਜਿੰਨੇ ਵੀ ਪ੍ਰੋਫੈਸ਼ਨਲ ਕਾਲਜ ਹੈ ਜਿੰਨੀਆਂ ਵੀ ਪ੍ਰੋਫੈਸ਼ਨਲ ਯੂਨੀਵਰਸਿਟੀਜ਼ ਆ ਪੰਜਾਬ ਵਿੱਚ ਅਸੀਂ ਐਕਟ ਲੈ ਕੇ ਆਵਾਂਗੇ ਕਿ 33% ਸੀਟਸ ਜਿੰਨੀਆਂ ਵੀ ਮੈਡੀਕਲ ਤੇ ਹੋਰ ਕਾਲਜ ਪ੍ਰੋਫੈਸ਼ਨਲਸ ਹੈ 33% ਸੀਟਸ ਰਿਜ਼ਰਵ ਹੋਣਗੀਆਂ ਜਿਹੜੇ ਬੱਚੇ ਸਰਕਾਰੀ ਸਕੂਲਾਂ ਤੋਂ ਪੜ੍ਹ ਕੇ ਆਉਣਗੇ ਕਿਉਂਕਿ ਮੈਂ ਦੇਖਿਆ ਵਿਚਾਰੇ ਸਰਕਾਰੀ ਸਕੂਲਾਂ ਪੜ੍ਹਨ ਵਾਲੇ ਬੱਚਿਆਂ ਨੂੰ ਮੌਕਾ ਹੀ ਨਹੀਂ ਮਿਲਦਾ ਡਾਕਟਰ ਬਣਨ ਨੂੰ, ਮੌਕਾ ਹੀ ਨਹੀਂ ਮਿਲਦਾ ਇੰਜੀਨੀਅਰ ਬਣਨ ਨੂੰ, ਮੌਕਾ ਹੀ ਨਹੀਂ ਮਿਲਦਾ ਹੋਰ ਕੰਪਿਊਟਰ ਸਾਇੰਟਿਸਟ ਬਣਨ ਨੂੰ। ਸੋ ਜਿੰਨੀਆਂ ਭਾਵੇਂ ਲਵਲੀ ਯੂਨੀਵਰਸਿਟੀ ਹੈ ਭਾਵੇਂ ਚੰਡੀਗੜ੍ਹ ਗੁਰਦੁਆਰਾ ਹੋਰ ਜਿੰਨੀਆਂ ਵੀ ਪ੍ਰੋਫੈਸ਼ਨਲ ਤੇ ਆਪਣੇ ਥਾਪੜ ਯੂਨੀਵਰਸਿਟੀ ਹੈ ਜਿੰਨੇ ਵੀ ਹੈ ਸਾਰਿਆਂ ਵਿੱਚ 30% ਰਿਜ਼ਰਵੇਸ਼ਨ ਸਾਡੇ ਪੰਜਾਬ ਵਿੱਚ ਸਰਕਾਰੀ ਲੋਕ ਆਪਣੇ ਗਵਰਨਮੈਂਟ ਸਕੂਲ ਦੇ ਸਟੂਡੈਂਟਸ ਦੀ ਕੀਤੀ ਜਾਊਗੀ। 33% ਆਪਣੀ ਲੜਕੀਆਂ ਵਾਸਤੇ ਮੈਂ ਅੱਜ ਅਨਾਊਂਸਮੈਂਟ ਕਰ ਰਿਹਾ ਜਿੰਨੇ ਸਰਕਾਰੀ ਜੋਬ ਹੈ ਮਿਨੀਮਮ 50% ਰਿਕਰੂਟਮੈਂਟ ਲੜਕੀਆਂ ਦੀ ਹੋਊਗੀ। ਆਹ ਅਸੀਂ ਆਪਣੇ ਐਕਟ ਪਾਸ ਕਰਕੇ ਮਿਨੀਮਮ 50% ਰਿਕਰੂਟਮੈਂਟ ਲੜਕੀਆਂ ਵਾਸਤੇ ਸਾਰੀ ਸਰਕਾਰੀ ਜੋਬ ਕੀਤੀ ਜਾਊਗੀ। ਇੱਕ ਅਸੀਂ ਆਹ ਵੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਸਾਰੇ ਪੰਜਾਬੀਆਂ ਨੂੰ ਜਦੋਂ ਸਰਕਾਰ ਆਈ ਅਸੀਂ ਇੱਕ ਐਕਟ ਪਾਸ ਕਰਾਂਗੇ ਜਿੰਨੇ ਵੀ ਪ੍ਰਾਈਵੇਟ ਇੰਡਸਟਰੀ ਹੈ ਆਪਣੇ ਤੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੀ ਕੰਪਨੀ ਹੈ ਅਸੀਂ ਇਨਸੈਂਟੀਵਾਈਜ਼ ਕਰਾਂਗੇ ਤੇ ਮੈਂ ਐਕਟ ਪਾਸ ਕਰਾਂਗੇ 75% ਜੋਬਸ ਇਹਨਾਂ ਵਿੱਚ ਪੰਜਾਬੀਆਂ ਦੇ ਹੋਣਗੇ। ਆਹ ਐਕਟ ਪਾਸ ਕਰਕੇ ਅਸੀਂ ਲਾਗੂ ਕਰਾਵਾਂਗੇ ਜਿਹੜੇ ਪੰਜਾਬ ਵਿੱਚ ਫੈਕਟਰੀਆਂ 75% ਉਹਦਾ ਅਸੀਂ ਕਰਾਂਗੇ। 11ਵੀਂ ਚੀਜ਼ ਜਿਹੜੀ ਹੈਗੀ ਮਾਈਕਰੋ ਸਮਾਲ ਤੇ ਮੀਡੀਅਮ ਇੰਟਰਪ੍ਰਾਈਜ਼ ਇੰਡਸਟਰੀ ਨੂੰ ਬਿਜਲੀ ਦਾ ਰੇਟ 5 ਰੁਪਏ ਮੈਂ ਗਰੰਟੀ ਕਰਦਾ 5 ਰੁਪਏ ਯੂਨਿਟ ਤੇ ਜਿਹੜੀ ਲਾਰਜ ਇੰਡਸਟਰੀ ਹੈ ਉਹਨੂੰ ਅਸੀਂ ਸੋਲਰ ਨਾਲ ਜੋੜਾਂਗੇ ਤੇ ਮੈਂ ਸਾਰੀ ਲਾਰਜ ਇੰਡਸਟਰੀ ਨੂੰ ਮੈਂ ਗੱਲ ਵੀ ਕੀਤੀ ਹੈ ਉਹਨਾਂ ਨਾਲ ਮੈਂ ਕੀ ਹੈ ਟਰਾਂਸਮਿਸ਼ਨ ਜਿਹੜਾ ਕੋਸਟ ਹੈ ਅਸੀਂ ਉਹਨੂੰ ਫ੍ਰੀ ਕਵਾਂਗੇ ਜੇ ਸੋਲਰ ਲਾਉਣਗੇ ਤੇ 0 ਟਰਾਂਸਮਿਸ਼ਨ ਚਾਰਜਸ ਤੇ ਉਹਨਾਂ ਨੂੰ ਸੋਲਰ ਨਾਲ ਕਨੈਕਟਿਵ ਕੀਤੀ ਜਾਊਗੀ ਜਿਹੜੀ ਉਹਨਾਂ ਦੀ ਬਹੁਤ ਵੱਡੀ ਮੰਗ ਸੀ। ਅਸੀਂ ਮੈਂ ਦੇਖਿਆ ਕਿਉਂਕਿ ਜਿੰਨੀਆਂ ਵੀ ਚੀਜ਼ਾਂ ਮੈਂ ਕਹਿ ਰਿਹਾ ਬੜੀ ਇਨ ਡੈਪਥ ਅਸੀਂ ਲੋਕਾਂ ਨਾਲ ਮਿਲ ਕੇ ਇੰਟਰਨਲੀ ਮਿਲ ਕੇ ਫਾਈਨੈਂਸਿਸ ਦੇਖ ਕੇ ਸਾਰਾ ਕੁਝ ਦੇਖ ਕੇ ਅਸੀਂ ਆਹ ਚੀਜ਼ਾਂ ਕਰ ਰਹੇ ਹਾਂ। 12ਵੀਂ ਚੀਜ਼ ਜਿਹੜੀ ਹੈਗੀ ਜਿੰਨੇ ਕੰਟਰੈਕਚੁਅਲ ਜੋਬਸ ਹੈ ਤੁਹਾਨੂੰ ਯਾਦ ਹੋਣਾ ਸਤਾ ਪ੍ਰਕਾਸ਼ ਸਿੰਘ ਬਾਦਲ ਦਾ ਸਰਕਾਰ ਸੀ ਅਸੀਂ ਕੰਟਰੈਕਚੁਅਲ ਜਿੰਨੇ ਜੋਬ ਹੈ ਸਾਰੇ ਰੈਗੂਲਰਾਈਜ਼ ਕਰਤੇ ਸੀ ਕੈਬਨਿਟ ਡਿਸੀਜਨ ਹੋ ਗਿਆ ਸੀ ਪਰ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਬਣੇ ਉਹਨਾਂ ਨੇ ਸਾਰੇ ਰਿਵਰਸ ਕਰਤੇ ਤੇ ਮੈਂ ਸਾਰੇ ਇੰਪਲੋਈਜ਼ ਨੂੰ ਦੱਸਣਾ ਚਾਹੁੰਦਾ ਜੇ ਇੰਪਲੋਈਜ਼ ਪੰਜਾਬ ਸਰਕਾਰ ਦੀ ਇੰਪਲੋਈਜ਼ ਦੀ ਜੇ ਕਿਸੇ ਬਾਹ ਫੜੀ ਹੈ
हर बार इतिहास देख लो सारे इंपलॉयज श्रोमणी अकाली दल ने की है, भावें पहला पे कमिश्न है, सैकंड पे कमिश्न है, थर्ड पे कमिश्न है, फोर्थ पे कमिश्न है, फिफ्थ पे कमिश्न है, जिन्हें भी पे कमिश्न है सा प्रकाश सिंह बादल ने अपॉइंट किए थे, प्रजा सा प्रकाश सिंह बादल ने इंप्लीमेंट किए। या सिक्स्थ पे कमिशन वह भी लागू असी किया, अपॉइंट असी किया, साढ़े चार साल उन्होंने हले तक इंप्लीमेंट नहीं किया। हुण भी जिहड़ा उन्होंने पे कमिशन रिपोर्ट आए है, इंपलॉयज क्यों सड़कां ते है, क्योंकि जो सैलरी मिलनी सी उन्होंने घटाती है। साहब प्रकाश सिंह जी बादल ने जिन्हें भी पे कमिशन होया असीं इंश्योर किया है पूरे हिंदुस्तान में सब तो वध सैलरीज गवर्नमेंट ऑफ इंडिया नालों भी ज्यादा, जो सब तो वध सैलरीज है वह पंजाब के गवर्नमेंट इंपलॉयज की है, वह साहब प्रकाश सिंह बादल की सोच करके है। तो मैं आई कहना चाहना इंप्लीमेंट असी जो पे कमिशन की नॉमलीज है जो हम प्रॉब्लम है इन्होंने कुछ नहीं करना, थोड़ी सरकार आनते असी फैसला करा, तो जोड़े कॉन्ट्रैक्चुअल जॉब्स है, तो जो सफाई कर्मचारी जो इन्ने साल तो बेचारे अपने शहर में सब तो औखा काम करते हैं, सफाई कर्मचारी करते हैं, पिछली बार भी असी रेगुलराइज किए हूँ, फिर तो इन्होंने टेंपरी करते, असी सारे सफाई कर्मचारी फिर तो रेगुलराइज करा। तो जी लास्ट जी मेरी जी सैक्टर है, मैं गवर्नेंस की गल करना चाहना है। मैं पंजाबियों नूं मैं वादा करदा, मैं पंजाबियों नूं वादा करदा, एक साल के अंदर सरकार बनते एक साल के अंदर पंजाब सरकार 100% कंप्यूटराइजेशन हो जूगी, 100% सारे डिस्ट्रिक्ट सारे ऑफिस सारे। तो मैं वादा करदा है जिवें सेवा केंद्र असी शुरू किए कांग्रेस ने बंद किए सारे वापस चालू करके, एक साल बाद साड़ी सरकार आने तो बाद एक भी पंजाबी नूं सरकारी दफ्तर जाने की लोड़ नहीं पैनी। मैं गरंटी करूंगा एक भी पंजाबी सरकारी दफ्तर के धक्के खाने की लोड़ नहीं। सब तो वड्डा फायदा की होना, एक धक्के बच जाएंगे, रिश्वत खत्म हो जूगी, क्योंकि सारा काम ही ऑनलाइन, सारी क्लीयरेंसेस, सारिया एप्लीकेशन, सारी परमिशन, कोई इंडस्ट्री नूं किसी क्लीयरेंस वास्ते दफ्तर जाने की लोड़ नहीं, सारिया ही ऑनलाइन होनगियां। तो तुहानूं पता है राइट टू सर्विस एक्ट जे बनाया वो जो मैं डिप्टी सीएम सी गवर्नर रोम सी वह असी लैके बनाया सी एक्ट, जिहड़ा कल्ला राइट टू सर्विस एक्ट पंजाब च है, दूजे सूबे च नहीं, वह असी बनाया सी, ते उहदे नाल बहुत वड्डे रिफॉर्म्स कीते सी। पर हुण असी रिफॉर्म्स लैवल अखीर तक लै जाने हैं, जिवें अमेरिका कैनेडा यूरोप थोनू कोई काम कराने वास्ते किते जाने की लोड़ नहीं, उवें पंजाब बना देंगे पहला सूबा पंजाब एक साल के अंदर, ज्यादा टाइम नहीं, एक साल 100% कंप्यूटराइजेशन करके सारिया सर्विसेज ऑनलाइन, कोई हैरेसमेंट, हैरेस फ्री पंजाब असी थोनू कमिट करते हैं। आ तीन वाद आ 13 वादे अज असी करे किते है, बाकी लगातार थोनू जिहड़े साडे प्लान है नौजवानों वास्ते साड़ी की पॉलिसी होगी, इंडस्ट्रियलाइजेशन डिवेलप करने वास्ते की होगी, पंजाब के इंफ्रास्ट्रक्चर रेवन्यू जनरेशन वास्ते किवें होगी, असी सारिया चीज़ां साडा मास्टर प्लान बनी जांदा है। जल्दी ही श्रोमणी अकाली दल ते BSP लगातार असी अपना विजन पंजाब की जनता के सामने रखन जा रहे हैं। तो एक गल मैं कहना चाहना है, जो असी कमिटमेंट करती मतलब करती, असी जो कह सोच समझ के कह, कांग्रेस या दूजे वांगू नहीं, असी सोच समझ के किया सारा कुछ। थैंक यू। बस यार नहीं है सुखबीर जी, तुसी जिहड़ा क्या 400 यूनिट बिजली फ्री होएगी, कि ये SCBC लिए होएगी या सारे दे लिए होएगी, ये सर सवाल तुसी सुन लो, इच दो तीन चीजा ने जिहड़ा क्लीयर कर दो सारे वास्ते जी। ओनली रेजिडेंशियल, हाँ ठीक, ओनली रेजिडेंट, नॉट फॉर अदर्स। एक चीज होर सर, जिस तरह हुण तुसी कहा कि सांझ केंद्र वगैरह जो कुछ सरकार ने बंद करते असी दोबारा खोलांगे, कि जे सरकार PPAs रद्द करती है कि वह दोबारा चलनगे। दूसरी गल ਇਹਦੇ ਵਿੱਚ ਇਹ ਕਿ ਜਦੋਂ ਕੇਜਰੀਵਾਲ ਨੇ ਅਨਾਉਂਸਮੈਂਟ ਕੀਤੀ ਸੀ, ਉਹਨੇ ਇਹ ਕਿਹਾ ਸੀ ਕਿ ਅਸੀਂ 300 ਯੂਨਿਟ ਬਿਜਲੀ ਸਾਨੂੰ ਲੋਕਾਂ ਨੂੰ ਦੇਣ 'ਚ 4 ਸਾਲ ਲੱਗਣਗੇ। ਤੁਹਾਡਾ ਕੀ ਵਿਜ਼ਨ ਹੈਗਾ? ਉਹਨਾਂ ਨੇ ਕਿਹਾ ਸੀ 4 ਸਾਲ ਲੱਗ ਜਾਣਗੇ ਸਾਨੂੰ ਹਰ ਘਰ 'ਚ 300। ਮੈਂ ਉਹੀ ਕਹਿਣਾ ਚਾਹੁੰਦਾ,
ਅਸੀਂ ਸਾਡੀ ਇੱਕ ਬਹੁਤ ਵਧੀਆ ਸੋਲਰ ਪਾਲਿਸੀ ਮੈਂ ਲੈ ਕੇ ਆ ਰਿਹਾ ਮੇਰੀ ਗੱਲ ਸੋਲਰ ਪਾਲਿਸੀ ਲੈ ਕੇ ਆਇਆ ਅਸੀਂ ਬਿਜਲੀ ਬੋਰਡ ਨੂੰ ਸਬਸਿਡੀ ਦੇ ਬਗੈਰ ਦੀ ਜਗ੍ਹਾ ਅਸੀਂ ਪਾਵਰ ਦੇਵਾਂਗੇ ਆਈ ਵਿਲ ਬੀ ਗਿਵਿੰਗ ਪਾਵਰ ਟੂ ਕਿਉਂਕਿ ਜੋ ਵੀ ਤੁਸੀਂ ਬਿਜਲੀ ਬੋਰਡ ਨੂੰ ਤੁਸੀਂ ਜੋ ਵੀ ਤੁਸੀਂ ਬਿਜਲੀ ਬੋਰਡ ਨੂੰ ਤੁਸੀਂ ਕੋਈ ਸਬਸਿਡੀ ਕੋਈ ਅਨਾਊਂਸਮੈਂਟ ਕਰਦੇ ਆ ਤੁਹਾਨੂੰ ਗਵਰਨਮੈਂਟ ਨੂੰ ਪੂਰਾ ਕਰਨਾ ਪੈਂਦਾ ਅਸੀਂ ਵੀ ਹੈਵ ਐਨ ਪਲਾਨ ਇਨ ਮਾਈਂਡ ਕਿ ਵੀ ਵਿਲ ਗਿਵ ਦਮ ਫ੍ਰੀ ਪਾਵਰ ਆਫ ਦੈਟ ਮਚ ਸੁਖਬੀਰ ਜੀ ਜਿਹੜਾ ਤੁਸੀਂ ਕਿਹਾ ਲੇਡੀਜ਼ ਵਾਸਤੇ ਕਿ 2000 ਰੁਪਈਆ ਜਿਹੜੀ ਬੀਬੀ ਖੀਬੀ ਦੀ ਰਸੋਈ ਵਾਸਤੇ ਦੇਵਾਂਗੇ ਤਾਂ ਇਹ ਸਾਰੀਆਂ ਜਿਹੜੀਆਂ BPL ਫੈਮਿਲੀਜ਼ ਹੋਣਗੀਆਂ ਜਾਂ ਸਾਰੇ ਪੰਜਾਬੀ ਇਕੱਲੇ ਨੀਲੇ ਕਾਰਡ ਹੋਲਡਰ ਪਰਿਵਾਰ ਨੀਲੇ ਕਾਰਡ ਉਹਦੇ ਵਿੱਚ ਚਾਹੇ ਉਹ ਸ਼ਹਿਰਾਂ ਦੇ ਵਿੱਚ ਬਣੇ ਹੋਣ ਜਾਂ ਪਿੰਡਾਂ ਦੇ ਜਿਹੜੇ ਨੀਲੇ ਕਾਰਡ ਹੋਲਡਰ ਹੈ ਮੈਂ ਦੱਸਣਾ ਚਾਹੁੰਦਾ ਉਹ ਸ਼ਹਿਰਾਂ ਚ ਵੀ ਹੈ ਪਿੰਡਾਂ ਚ ਵੀ ਹੈ ਨੀਲੇ ਕਾਰਡ ਹੋਲਡਰ ਗਰੀਬ ਜਨਰਲ ਕੈਟੇਗਰੀ ਦੇ ਵੀ ਹੈ SC ਦੇ ਵੀ ਹੈ BC ਦੇ ਵੀ ਹੈ ਕ੍ਰਿਸਚਨ ਵੀ ਹੈ ਮੁਸਲਿਮ ਵੀ ਹੈ ਸਾਰੇ ਧਰਮਾਂ ਦੇ ਹੈ ਨੀਲੇ ਕਾਰਡ ਦੀ ਕੋਈ ਕਾਸਟ ਵਾਈਜ਼ ਡਿਫਰੈਂਸ਼ੀਏਸ਼ਨ ਨਹੀਂ ਹੈ ਸੁਖਬੀਰ ਜੀ ਜਿਹੜੀ ਤੁਸੀਂ ਨੀਲੇ ਕਾਰਡਾਂ ਦੀ ਗੱਲ ਕਰਦੇ ਆ ਇਹ ਨੀਲੇ ਕਾਰਡਾਂ ਦਾ ਵਾਰ ਵਾਰ ਇਹੀ ਰੌਲਾ ਪੈ ਰਿਹਾ ਕਿ ਇਹਦੇ ਵਿੱਚ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਜਿਵੇਂ ਕਿ ਤੁਸੀਂ ਹੁਣ ਕਹਿ ਕੇ ਤੁਹਾਡੀ ਸਰਕਾਰ ਅਸੀਂ ਜਿਹੜੇ ਮੇਰਾ ਸਵਾਲ ਪੂਰਾ ਹੋਲਣ ਦੋ ਵੀ ਜਿਵੇਂ ਤੁਸੀਂ ਹੁਣ ਦੋਸ਼ ਲਾ ਰਹੇ ਆ ਕਿ ਕਾਂਗਰਸ ਪਾਰਟੀ ਨੇ ਜਿਹੜੇ ਤੁਸੀਂ ਬਣਾਏ ਹੋਏ ਸੀਗੇ ਉਹਨਾਂ ਦੇ ਕੱਟ ਦਿੱਤੇ ਗਏ ਨੇ ਵਾਰ ਵਾਰ ਇਹ ਉਹਦੇ ਵਿੱਚ ਇਲਜ਼ਾਮ ਵੀ ਲੱਗਦਾ ਹੈ ਤੇ ਜਿਹੜੇ ਥੱਲੇ ਪੱਧਰ ਤੇ ਰਿਪੋਰਟਾਂ ਵੀ ਇਹੀ ਆ ਰਹੀਆਂ ਕਿ ਇਹਦੇ ਵਿੱਚ ਜਿਹੜੇ ਰੱਜੇ ਪੁੱਜੇ ਖਾਂਦੇ ਪੀਂਦੇ ਗੱਡੀਆਂ ਵਾਲੇ ਲੋਕ ਆ ਉਹਨਾਂ ਨੂੰ ਇਹਦਾ ਸਕੀਮਾਂ ਦਾ ਲਾਭ ਮਿਲਦਾ ਜਿਹੜੇ ਗਰੀਬ ਲੋਕ ਆ ਜਿਹਨਾਂ ਨੂੰ ਐਕਚੁਅਲੀ ਦੇ ਵਿੱਚ ਲਾਭ ਮਿਲਣਾ ਚਾਹੀਦਾ ਜਿਨ੍ਹਾਂ ਦੀ ਆਮਦਨ ਘੱਟ ਆ ਉਹਨਾਂ ਨੂੰ ਇਹ ਮਿਲਦਾ ਨਹੀਂ ਹੈਗਾ ਅਸੀਂ ਸਾਰਾ ਰਿਵਿਊ ਕਰਕੇ ਜਿਹੜੇ ਗਲਤ ਬਣੇ ਆ ਉਹ ਠੀਕ ਕਰਾਂਗੇ ਜਿਹੜੇ ਗਲਤ ਕੱਟੇ ਗਏ ਆ ਉਹਨਾਂ ਨੂੰ ਬਣਾਵਾਂਗੇ ਅਸੀਂ ਕਰਕੇ ਮੈਰਿਟ ਤੇ ਕੀਤਾ ਜਾਊਗਾ ਐਂਡ ਬਿਕੋਜ਼ ਬਹੁਤ ਇੰਪੋਰਟੈਂਟ ਹੈ ਮੈਂ ਤੁਹਾਨੂੰ ਯਾਦ ਮੈਨੂੰ ਪਤਾ ਹੈ ਕਈ ਇਹ ਜੇ ਮੈਂ ਕਾਂਗਰਸੀ ਦੇਖੇ ਹੈ ਜਿਨ੍ਹਾਂ ਕੋਲ ਕਾਰਾਂ ਦੇ ਟਰੈਕਟਰ ਨੀਲਾ ਕਾਰਡ ਬਣਾਈ ਬੈਠੇ ਆ ਸੋ ਉਹ ਜੇ ਲੋਕ ਜਿਹੜੇ ਮਿਸਯੂਜ਼ ਕਰਦੇ ਆ ਉਹ ਵਿਲ ਨਾਟ ਸੁਖਬੀਰ ਜੀ ਦੂਜਾ ਸਵਾਲ ਇਹ ਆ ਜਿਹੜੇ ਤੁਸੀਂ ਵਾਅਦੇ ਕੀਤੇ ਆ ਅਕਸਰ ਸਾਰੀਆਂ ਪਾਰਟੀਆਂ ਕਰਦੀਆਂ ਇਹ ਪਹਿਲੇ ਸਾਲ ਤੋਂ ਹੀ ਲਾਗੂ ਹੋਣਗੇ ਕਿ ਜਦੋਂ ਲਾਸਟ ਅਸੀਂ ਤੁਸੀਂ ਜਿੰਨੇ ਵੀ ਸਾਦੇ ਵਾਅਦੇ ਤੁਸੀਂ ਦੇਖੇ ਆ ਜੇ ਅਸੀਂ ਆਟਾ ਦਾਲ ਦਾ ਵਾਅਦਾ ਨੀਲੇ ਕਾਰਡ ਕਿਹਾ ਸੀ ਪਹਿਲੇ ਸਾਲ ਦੀ ਅਸੀਂ ਕਰਦੇ ਸੀ ਸੁਖਬੀਰ ਜੀ ਟਿਊਬਵੈਲਾਂ ਦੇ ਬਿੱਲ ਕਿਹਾ ਸੀ ਪਹਿਲੇ ਸਾਲ ਦੀ ਕਰਦੇ ਸੀ ਸੁਖਬੀਰ ਅਸੀਂ ਜੋ ਵੀ ਕਿਹਾ ਅਸੀਂ ਸ਼ੁਰੂ ਤੋਂ ਕਰਾਂਗੇ ਵਿਸ਼ਾਲ ਜੀ ਸੁਖਬੀਰ ਜੀ ਇੱਧਰ ਜੀ ਇੱਕ ਮਿੰਟ ਜਿਹੜਾ ਤੁਸੀਂ 2000 ਰੁਪਈਆ ਕਿਹਾ ਹੈਗਾ ਦੇਣ ਵਾਸਤੇ ਅਨਾਊਂਸਮੈਂਟ ਕਰ ਦਿੱਤੀ ਆ ਤੇ ਜੇਕਰ ਸਰਕਾਰ ਬਣਦੀ ਆ ਤਾਂ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਹੀ ਇਹਨੂੰ ਅਨਾਊਂਸ ਕਰਕੇ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਲਾਗੂ ਕਰ ਦਿੱਤਾ ਜਾਊਗਾ ਮੈਂ ਉਹੀ ਕਹਿ ਰਿਹਾ ਅਸੀਂ ਕਾਂਗਰਸੀਆਂ ਤੇ ਦੂਜਿਆਂ ਵਾਂਗੂ ਨਹੀਂ ਤੁਸੀਂ ਸਾਡਾ ਹਿਸਟਰੀ ਦੇਖੋ ਸਾਡਾ ਪਿਛੋਕੜ ਦੇਖੋ ਅਸੀਂ ਜੇ ਅਸੀਂ ਆਟਾ ਦਾਲ ਕਿਹਾ ਪਹਿਲੇ ਤਰ ਕੀਤਾ ਟਿਊਬਵੈਲਾਂ ਦੇ ਬਿੱਲ ਕਿਹਾ ਪਹਿਲੀ ਤਰ ਕੀਤਾ ਮੈਂ ਪਹਿਲੀ ਜਾਂ ਦੂਜੀ ਦੇ ਅੰਦਰ ਅਸੀਂ ਕਰ ਦਾਂਗੇ ਪਹਿਲੀ ਕੈਬਨਿਟ ਹੁੰਦੀ ਹੈ ਪਹਿਲੀ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਪਹਿਲੀ ਕੈਬਨਿਟ ਤਾਂ ਜਦੋਂ ਸਰਕਾਰ ਸਹੁੰ ਚੁੱਕਦੀ ਹੈ ਉਸੇ ਦਿਨ ਹੁੰਦੀ ਹੈ ਸੁਖਬੀਰ ਜੀ ਸਭ ਤੋਂ ਵੱਡੀ ਨਹੀਂ ਉਹ ਚੱਲਦੀ ਰਹੂਗੀ ਦਿਸ ਇਜ ਐਡੀਸ਼ਨਲ ਸੁਖਬੀਰ ਜੀ ਤੁਸੀਂ ਜਦੋਂ 10 ਸਾਲ ਇੱਧਰ ਜਿਸ 10 ਸਾਲ ਤੁਸੀਂ ਸੱਤਾ ਦੇ ਵਿੱਚ ਰਹੇ ਸਭ ਤੋਂ ਵੱਡੀਆਂ ਜਿਹੜੀਆਂ ਐਲੀਗੇਸ਼ਨ ਲੱਗੇ ਉਹ ਲੱਗੇ ਸੀਗੇ ਰੇਤ ਮਾਫੀਆ ਨੂੰ ਲੈ ਕੇ ਉਸ ਤੋਂ ਬਾਅਦ ਲੱਗਾ ਡਰੱਗਸ ਨੂੰ ਲੈ ਕੇ ਤੁਸੀਂ ਦੱਸੋ ਆ ਕੇ ਜਿਵੇਂ ਹੁਣ ਲੋਕਾਂ ਦਾ ਵੀ ਜਿਹੜਾ ਕਾਫੀ ਰੇਤ ਮਹਿੰਗਾ ਮਿਲ ਰਹੀ ਹੈ ਮਾਫੀਆ ਵੀ ਬਿਲਕੁਲ ਉਸ ਤਰ੍ਹਾਂ ਹੀ ਚੱਲ ਰਿਹਾ ਔਰ ਡਰੱਗਸ ਨੂੰ ਲੈ ਕੇ ਵੀ ਅਕਸਰ ਜਿਹੜੀਆਂ ਉਹ ਤੁਸੀਂ ਗੁਟਕਾ ਸਾਹਿਬ ਸੀਗੇ ਸਹੁੰ ਚੱਕ ਕੇ ਨਹੀਂ ਉਹ ਪੂਰਾ ਹੋਇਆ ਲੇਕਿਨ ਉਹਨਾਂ ਦਾ ਤੁਸੀਂ ਇਹਨਾਂ ਨੂੰ ਜੇ ਮੇਜਰ ਇਸ਼ੂ ਨੇ ਡਰੱਗਸ ਔਰ ਰੇਤ ਮਾਫੀਆ ਔਰ ਜਿਹੜਾ ਬਾਕੀ ਲੀਕਰ ਮਾਫੀਆ ਨੂੰ ਲੈ ਕੇ ਕਿਉਂਕਿ ਇਹ ਬਹੁਤ ਤੁਹਾਡਾ ਤੁਸੀਂ ਸਾਇਲੈਂਟ ਨਜ਼ਰ ਆ ਰਹੇ ਹੋ ਤੁਸੀਂ ਕੀ ਕਰੋਗੇ ਲੋਕ ਕੀ ਜਾਣਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਤੋਂ ਅੱਜ ਵੀ ਪਰੇਸ਼ਾਨ ਹੈ ਕਿਉਂਕਿ ਜੋ ਪਹਿਲਾਂ ਚੱਲਦਾ ਪਿਆ ਸੀ ਅੱਗੇ ਮੈਂ ਉਹੀ ਕਹਿਣਾ ਚਾਹੁੰਦਾ ਅਸੀਂ ਸਾਡੀ ਲਿਕਰ ਪਾਲਿਸੀ ਕੀ ਹੋਊਗੀ ਅਗਲੇ ਦਿਨਾਂ 'ਚ ਅਸੀਂ ਅਨਾਊਂਸ ਕਰਾਂਗੇ ਕਿਵੇਂ ਸਾਡੀ ਬੜੀ ਅਸੀਂ ਮੈਂ ਤੁਹਾਨੂੰ ਅੱਜ ਦੱਸਦਾ ਲਿਕਰ ਮਾਫੀਆ ਲਿਕਰ ਕੰਟਰੋਲ ਜਿਹੜਾ ਕਰ ਰਹੇ ਆ ਥੋੜੇ ਬੰਦੇ ਕਰ ਰਹੇ ਆ ਅਸੀਂ ਜਲਦੀ ਹੀ ਲਿਕਰ ਪਾਲਿਸੀ ਲੈ ਕੇ ਤੁਹਾਨੂੰ ਦਿਖਾਵਾਂਗੇ ਪਹਿਲਾਂ ਹੀ ਦੱਸਾਂਗੇ ਅਸੀਂ ਕੀ ਕਰਨਾ ਚਾਹੁੰਦੇ ਹਾਂ ਅੱਜ ਮੈਂ ਕਿਉਂਕਿ ਮੈਂ ਸਾਰਾ ਚੀਜ਼ਾਂ ਮੈਂ ਅੱਜ ਨਹੀਂ ਮੈਂ 13 ਹੀ ਰੱਖੇ ਸੀ ਉਹ ਅਸੀਂ ਅਗਲੇ ਹਫ਼ਤੇ ਤੁਹਾਨੂੰ ਦੱਸਾਂਗੇ ਕਿਵੇਂ ਅਸੀਂ ਰੇਤ ਕੰਟਰੋਲ ਕਰਨਾ ਕਿਵੇਂ ਰੇਤਾ ਕੰਟਰੋਲ ਕਰਨਾ ਅਸੀਂ ਕਲੀਅਰ ਕੱਟ ਪਲਾਨ ਪਹਿਲੇ ਦੇਵਾਂਗੇ ਸੁਖਬੀਰ ਜੀ ਮੇਰਾ ਇੱਕ ਲਾਸਟ ਸਵਾਲ ਸੁਖਬੀਰ ਜੀ ਸਵਾਲ ਇਹ ਹੈ ਕਿ ਇਸ ਜਿਹੜਾ ਪੰਜਾਬ ਗੌਰਮੈਂਟ ਨੇ ਸਰਬੱਤ ਬੀਮਾ ਯੋਜਨਾ ਸ਼ੁਰੂ ਕੀਤੀ ਸੀ ਡਿਊਰਿੰਗ ਕੋਵਿਡ ਦੇ ਵਿੱਚ ਉਹ ਦੇਖਿਆ ਗਿਆ ਕਿ ਲੋਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਚਲੇ ਗਏ
ਹਸਪਤਾਲ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਵੱਡੇ ਵੱਡੇ ਬਿੱਲ ਫੜਾਤੇ ਇਹ ਕਹਿੰਦਾ ਕਿ ਤੁਸੀਂ ਪਹਿਲਾਂ ਸਰਕਾਰੀ ਹਸਪਤਾਲ ਜਾਣਾ ਸੀ ਤੇ ਤੁਸੀਂ ਬਾਅਦ ਪ੍ਰਾਈਵੇਟ ਆਣਾ ਸੀ ਜਿਹੜੀ ਤੁਸੀਂ ਪਾਲਿਸੀ ਲੈ ਕੇ ਆ ਰਹੇ ਹੋ ਕਿ ਇਹਦੇ ਵਿੱਚ ਇਸ ਤਰ੍ਹਾਂ ਦੀ ਪਾਲਿਸੀ ਹੋਏਗੀ ਜਾਂ ਸਾਡੇ ਜਿਹੜੇ ਹੋਊਗੀ ਜਿੰਨੇ ਪ੍ਰਾਈਵੇਟ ਹਸਪਤਾਲ ਆ ਪਹਿਲੇ ਨੋਟੀਫਾਈ ਕੀਤੇ ਜਾਣਗੇ ਪ੍ਰਾਈਵੇਟ ਤੇ ਸਰਕਾਰੀ ਨੋਟੀਫਾਈ ਕੀਤੇ ਜਾਣਗੇ ਚੋਇਸ ਹੋਊਗਾ ਬੰਦੇ ਨੂੰ ਪਹਿਲੇ ਰੇਟ ਪਹਿਲੇ ਨੋਟੀਫਿਕੇਸ਼ਨ ਆ ਜਿਹੜੀ ਕਮੀ ਪੰਜਾਬ ਸਰਕਾਰ ਨੇ ਕੀਤੀ ਹੈ ਉਹਨੇ ਨੋਟੀਫਾਈ ਕੀਤੇ ਨਹੀਂ ਤੇ ਇਸ ਕਰਕੇ ਪ੍ਰੋਬਲਮ ਆਈ ਥੈਂਕ ਯੂ ਸਰ ਇੱਕ ਲਾਸਟ ਸਵਾਲ ਲੈਣਾ ਚਾਹੁੰਦੇ ਆ ਸੁਖਬੀਰ ਜੀ ਪ੍ਰਧਾਨ ਜੀ ਲਾਸਟ ਸਵਾਲ ਲੈਣਾ ਚਾਹੁੰਦੇ ਆ ਇੱਧਰ ਜੀ ਤੁਸੀਂ ਕਿਹਾ ਕਿ ਅਸੀਂ ਜੋ ਕਹਿ ਰਹੇ ਹੋ ਸੱਚ ਕਹਿ ਰਹੇ ਹਾਂ ਜਦੋਂ ਤੁਸੀਂ ਤੋਮਰ ਹੋਰਾਂ ਦੀ ਚਿੱਠੀ ਦਿਖਾਈ ਸੀ ਉਹ ਸੱਚ ਸੀ ਜਾਂ ਹੁਣ ਜਿਹੜੀਆਂ ਤਖਤੀਆਂ ਦਿਖਾ ਰਹੇ ਹੋ ਉਹ ਸੱਚ ਹੈ ਕੀ ਭੁਲੇਖਾ ਰਹਿ ਗਿਆ ਸੀ ਮੈਂ ਉਹ ਦੱਸਣਾ ਚਾਹੁੰਦਾ ਤੋਮਰ ਸਾਹਿਬ ਨੇ ਮੈਂ ਅੱਜ ਕਲੈਰੀਫਾਈ ਕਰਨਾ ਪਹਿਲੇ ਵੀ ਕਲੀਅਰ ਕੀਤਾ ਸੀ ਉਦੋਂ ਸਾਨੂੰ ਕਮਿਟਮੈਂਟ ਕੀਤੀ ਸੀ ਕਿ ਜੋ ਤੁਸੀਂ ਕਹੋਗੇ ਅਸੀਂ ਇੰਪਲੀਮੈਂਟ ਕਰਾਂਗੇ ਅਸੀਂ ਉਹਨਾਂ ਨੇ ਸਾਨੂੰ ਕਿਹਾ ਸੀ ਤੁਸੀਂ ਕਿਸਾਨਾਂ ਤੋਂ ਉਹਨਾਂ ਦੀਆਂ ਭਾਵਨਾ ਸੁਣੋ ਤੇ ਉਹਨਾਂ ਨੂੰ ਐਕਟ ਦੀ ਜੋ ਪ੍ਰੋਬਲਮ ਅਸੀਂ ਮੈਂ ਆਪ ਸਾਰੀ ਕਿਸਾਨ ਜਥੇਬੰਦੀ ਨੂੰ ਆਪ ਮਿਲ ਕੇ ਉਹਨਾਂ ਦੀ ਵਿਊ ਜਦੋਂ ਉਹਨਾਂ ਨੇ ਸਾਡੀ ਜਿਹੜੀ ਕਮਿਟਮੈਂਟ ਸੀ ਕਿ ਸਾਨੂੰ ਜੋ ਕਿਸਾਨ ਚਾਹੁੰਦੇ ਉਹ ਮੰਨਣਗੇ ਨਹੀਂ ਪੂਰੀ ਕੀਤੀ ਤੋਮਰ ਸਾਹਿਬ ਨੇ ਤੇ ਸਰਕਾਰ ਨੇ ਫਿਰ ਅਸੀਂ ਉਹਨਾਂ ਨੂੰ ਅਲਵਿਦਾ ਕਰਤਾ